ऐ अल्लाह हम तेरे ही इबादत करते हैं और तुझी से मदद मांगते हैं। आवाज की दुनिया के दोस्तों अस्सलाम वालेकुम, मेरा एनिमल टीवी ते खुश आमदीद। मैं ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਤੇ ਤੁਸੀਂ ਵੇਖਦੇ ਪਏ ਹੋ ਮੇਰਾ ਐਨੀਮਲ ਟੀਵੀ। ਮੇਰਾ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੁਕਰੀਆ, ਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਨੂੰ ਦਬਾਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤਾਂ ਵੀਰਾਂ ਤੱਕ ਸਭ ਤੋਂ ਪਹਿਲੇ ਪਹੁੰਚੇ। ਜਨਾਬ ਮੇਰੀ ਦੁਆ ਹੈ ਮੇਰੇ ਦੋਸਤ ਵੀਰ, ਮੇਰੇ ਸਬਸਕ੍ਰਾਈਬਰ ਔਰ ਮੇਰਾ ਐਨੀਮਲ ਟੀਵੀ ਦੇ ਨਾਲ ਪਿਆਰ ਕਰਨ ਵਾਲੇ ਜਿੱਥੇ ਵੀ ਵਸ ਰਹੇ ਨੇ, ਖੁਸ਼ ਵਸ ਰਹੇ ਨੇ, ਅੱਲਾਹ ਤਾਲਾ ਦੀਆਂ ਟੇਰ ਰਹਿਮਤਾਂ ਨਾਜ਼ਰ ਹੋ ਰਹੀਆਂ ਨੇ। ਜਨਾਬ ਦੋਸਤਾਂ ਵੀਰਾਂ ਦੀ ਖਿਦਮਤ ਦੇ ਵਿੱਚ ਅੱਜ ਸ਼ੌਕੀਨ ਤੋਹਫਾ, ਸ਼ੌਕੀਨ ਦੋਸਤਾਂ ਵਾਸਤੇ ਸ਼ੌਕੀਨ ਜਾਨਵਰ ਲੈ ਕੇ ਹਾਜ਼ਰ ਹੋਇਆ। ਮਾਸ਼ਾਅੱਲਾ ਪਹਿਲਾ ਵਾਰਾ ਸੂਈਏ, ਗਾਇਦ ਹਾਲ ਲੈਂਦੇ ਹਾਂ, ਪਹਿਲਾ ਵਾਰਾ ਸੂਈਏ, ਮੂੰਹੋਂ ਛਿੱਕਦੇ ਦੰਦ ਜਨਾਬ ਹੁਣ ਪੂਰੇ ਕਰਦੀ ਪਈ, ਛਿੱਕਦੇ ਦੰਦ ਹੁਣ ਪੂਰੇ ਕਰਦੀ ਪਈ, ਪਹਿਲਾ ਵਾਰਾ ਸੂਈਏ, ਬੱਚਾ ਦਿੱਤਾ, ਪਹਿਲਣ ਵੈੜੀ, ਪਹਿਲਾ ਸੂਆ, ਤੇ ਮਾਸ਼ਾਅੱਲਾ ਵੈੜੀ ਨੇ ਥੱਬੇ ਮਾਰ ਲਏ ਨੇ, ਜੋ ਅੱਲਾਹ ਤਾਲਾ ਨੇ ਭਾਗ ਨਸੀਬ ਵੈੜੀ ਦੇ ਲਾ ਦਿੱਤੇ ਨੇ ਦੋਸਤਾਂ ਵੀਰਾਂ ਨੂੰ ਦਿਖਾਵਾਂਗੇ ਤੇ ਦਿਲ ਰਾਜ਼ੀ ਹੋਏਗਾ, ਦਿਲ ਰਾਜ਼ੀ ਦੋਸਤਾਂ ਵੀਰਾਂ ਦਾ ਜ਼ਰੂਰ ਹੋਏਗਾ ਜਿਹੜੇ ਜਾਨਵਰਾਂ ਦੇ ਨਾਲ ਪਿਆਰ ਕਰਦੇ ਨੇ। ਬਾਕੀ ਮੇਰਾ ਐਨੀਮਲ ਟੀਵੀ ਦਾ ਇੱਕ ਮਿਸ਼ਨ ਹੈ, ਨਾਰਾ ਹੈ, ਜਿਹੜੇ ਮਿਸ਼ਨ ਨਾਰੇ ਤੇ ਮੇਰਾ ਐਨੀਮਲ ਟੀਵੀ ਕੰਮ ਕਰ ਰਿਹਾ, ਘਰ ਦਾ ਦੁੱਧ, ਘਰ ਦੀ ਚਾਹ, ਲਾ ਪੈਂਟਾ ਤੇ ਪੀ ਚਾਹ, ਇਸ ਮਿਸ਼ਨ ਤੇ ਮੇਰਾ ਐਨੀਮਲ ਟੀਵੀ ਦਾ ਕਾਫਲਾ ਰਵਾਨਾ ਮੈਂ। ਬਾਕੀ ਦੋਸਤਾਂ ਨੂੰ ਦੱਸਦੇ ਜਾਈਏ, ਫਾਇਦਾ ਚੁੱਕ ਲਓ ਮੇਰਾ ਐਨੀਮਲ ਟੀਵੀ ਤੋਂ। ਮੇਰਾ ਐਨੀਮਲ ਟੀਵੀ ਨੇ ਸੇਲ ਲਾ ਦਿੱਤੀ ਹੈ, ਜਾਨਵਰਾਂ ਦੀ ਸਸਤੇ ਮੇਲੇ ਲਾ ਦਿੱਤੇ ਨੇ ਤੇ ਇਹ ਮੇਲਾ ਲੁੱਟ ਲਓ, ਟਾਈਮ ਥੋੜਾ ਹੈ। ਗਾਏ ਦਹਾਵਾਂਗੇ ਦੋਸਤਾਂ ਮੇਰਾ ਤੋਂ ਨਾਲ ਨਾਲ ਗੱਲਾਂ ਸ਼ੇਅਰ ਕਰਨੇ, ਦਹਾਓ ਜੀ ਗਾਏ। ਲਓ ਜੀ ਮਾਸ਼ਾਅੱਲਾ ਗਾਏ ਆ ਗਈ ਜਨਾਬ, ਚੋਲਸਤਾਨੀ ਫਰੀਜ਼ਨ ਦਾ ਕ੍ਰਾਸ, ਮਾਸ਼ਾਅੱਲਾ ਪਹਿਲਾ ਵਾਰਾ ਮੂੰਹੋਂ ਛਿੱਗ ਜਨਾਬ ਹੁਣ ਪੂਰੇ ਕਰਦੀ ਪੀਏ, ਛੇ ਦੰਦ ਹੁਣ ਪੂਰੇ ਕਰਦੀ ਪੀਏ। ਗਾਂ ਦੀ ਜਨਾਬ ਖੂਬਸੂਰਤੀ ਸਭ ਤੋਂ ਪਹਿਲੇ ਖੂਬਸੂਰਤੀ ਚੈੱਕ ਕਰਨ ਦੋਸਤ ਵੀਰ, ਕਿ ਜਨਾਬ ਪਹਿਲਣ ਵੈੜੀ ਦਾ ਨਖਰਾ ਕਿੰਨਾ ਹੈ ਔਰ ਜਨਾਬ ਖੂਬਸੂਰਤੀਆਂ ਕਿੰਨੀਆਂ ਨੇ ਵੈੜੀ ਦੇ ਕੋਲ, ਔਰ ਜਿਸਮ ਕਿੰਨਾ ਪਿਆਰਾ ਹੈ, ਲਬਾਸ ਹਵਾਨਾ ਕਿੰਨਾ ਪਿਆਰਾ ਹੈ, ਪ੍ਰਿੰਟ ਵੇਖਣ ਲਾਜਵਾਬ ਪ੍ਰਿੰਟ ਦੀ, ਮਾਸ਼ਾਅੱਲਾ ਸਿਰੋ ਕੋਨੀ ਜੈਨਮੈਨ ਕੋਨੀ, ਔਰ ਜੈਨਮੈਨ ਮੇਰੇ ਐਨੀਮਲ ਟੀਵੀ 'ਤੇ ਜਿਹੜੀਆਂ ਗੱਲਾਂ ਹੋਣਗੀਆਂ ਉਹ ਸੱਚੀਆਂ ਅਤੇ ਸੁੱਚੀਆਂ ਹੁੰਦੀਆਂ ਨੇ, ਖਰੀਆਂ ਗੱਲਾਂ ਹੁੰਦੀਆਂ ਨੇ। ਪਹਿਲਾ ਵਾਰਾ ਦੱਸਿਆ ਅਤੇ ਅੱਲਾ ਦੇ ਫਜ਼ਲ ਨਾਲ ਜਨਾਬ ਦੋਸਤੋ ਪਹਿਲਾ ਵਾਰਾ ਹੀ ਹੋਏਗਾ, ਪਹਿਲਾ ਵਾਰਾ ਮੂੰਹੋਂ ਛਿੱਕਦੇ ਦੰਦ ਹੁਣ ਪੂਰੇ ਕਰਦੀ ਪੀਏ। ਬਾਕੀ ਗੱਲਾਂ ਕਰੀਏ ਪ੍ਰਿੰਟ ਦੀਆਂ, ਅਤੇ ਪ੍ਰਿੰਟ ਬੜਾ ਲਾਜਵਾਬ ਜਨਾਬ, ਬੜਾ ਪਿਆਰਾ ਪ੍ਰਿੰਟ ਮਾਸ਼ਾਅੱਲਾ ਵੈੜੀ ਦਿਆ ਜਨਾਬ। ਪਹਿਲਣਾ ਦਾ ਜਿੰਨਾ ਨਖਰਾ ਹੁੰਦਾ ਹੈ ਉਸੇ ਤਰ੍ਹਾਂ ਹੀ ਜਨਾਬ ਵੈੜੀ ਦੇ ਕੋਲ ਨਖਰਾ ਵੀ ਪੂਰਾ ਮਾਸ਼ਾਅੱਲਾ, ਔਰ ਸਿਰੋਂ ਜੈਨਮੈਨ ਕੋਨੀ ਬੋਧੀ ਵਾਲੀ ਫੇਸ ਕੁਆਲਿਟੀ ਦੋਸਤ ਵੀਰ ਚੈੱਕ ਕਰਨ, ਕੈਸੀ ਫੇਸ ਕੁਆਲਿਟੀ ਮਾਸ਼ਾਅੱਲਾ। ਔਰ ਚੋਲਸਤਾਨੀ ਫਰੀਜ਼ਨ ਦਾ ਕ੍ਰਾਸ ਹੈ ਅਤੇ ਚੋਲਸਤਾਨੀ ਝਾਲਰ ਜ਼ਮੀਨ 'ਤੇ ਲੱਗ ਰਹੀ ਹੈ। ਬਾਕੀ ਇਹ ਦੂਸਰੀ ਸਾਈਡ ਗਾਏ ਦੀ ਆ ਗਈ, ਮਾਸ਼ਾਅੱਲਾ ਆਰਡਰ ਕੁਆਲਿਟੀ ਨਜ਼ਰ ਆ ਰਿਹਾ ਹੈ, ਮਾਸ਼ਾਅੱਲਾ ਆਰਡਰ ਕੁਆਲਿਟੀ ਇਤਨਾ ਵੱਡਾ ਹੈ ਕਿ ਛੁੱਪਣ ਵਾਲੀ ਗੱਲ ਕੋਈ ਨਹੀਂ। ਆਰਡਰ ਕੁਆਲਿਟੀ ਵੀ ਦੋਸਤਾਂ ਵੀਰਾਂ ਨੂੰ ਤਸੱਲੀ ਤਰ੍ਹਾਂ ਦਿਖਾਵਾਂਗੇ, ਤਸੱਲੀ ਨਾਲ ਦਿਖਾਵਾਂਗੇ। ਜੇਰ ਦਾ ਪੱਲੂ ਵੈੜੀ ਨੇ ਬਾਹਰ ਕੱਢ ਲਿਆ ਜਨਾਬ, ਉਹ ਵੀ ਦੋਸਤਾਂ ਵੀਰਾਂ ਨੂੰ ਨਜ਼ਰ ਆ ਰਿਹਾ ਹੈ ਮਾਸ਼ਾਅੱਲਾ। ਔਰ ਆਰਡਰ ਕੁਆਲਿਟੀ ਦੋਸਤਾਂ ਨੂੰ ਦੱਸਦੇ ਜਾਈਏ, ਮਾਸ਼ਾਅੱਲਾ ਥੱਬੇ ਦਾ ਆਰਡਰ ਕੁਆਲਿਟੀ ਪਹਿਲਣ ਹੋ ਕੇ ਅੱਲਾਹ ਤਾਲਾ ਨੇ ਵੈੜੀ ਦੇ ਜਿਹੜੇ ਭਾਗ ਨਸੀਬ ਲਾਏ ਨੇ ਉਹ ਢੇਰ ਚੰਗੇ ਲਾ ਦਿੱਤੇ ਨੇ, ਅੱਲਾਹ ਤਾਲਾ ਨਜ਼ਰੇ ਬੱਦ ਤੋਂ ਬਚਾਏ। ਅਤੇ ਇਹੋ ਜਿਹਾ ਜਾਨਵਰ ਕਦੇ ਕਦੇ ਸਾਹਮਣੇ ਆਉਂਦਾ ਅਤੇ ਸੋਵਾਂ ਦੇ ਵਿੱਚੋਂ ਇੱਕ ਜਾਨਵਰ ਹੁੰਦਾ ਜਨਾਬ ਜਿਹੜਾ ਕਿ ਇਤਨੇ ਅੱਛੇ ਭਾਗ ਨਸੀਬ ਵਾਲਾ ਅਤੇ ਸੋਨਾ ਅਤੇ ਸੁੱਚਾ ਅਤੇ ਖਰਾ ਅੱਲਾਹ ਦੇ ਫਜ਼ਲ ਨਾਲ। ਔਰ ਦੋਸਤਾਂ ਨੂੰ ਦੱਸਦੇ ਜਾਈਏ, ਅੱਜ ਦੀ ਗਾਏ ਘਰੇਲੂ ਜਾਨਵਰ, ਘਰ ਦਾ ਜਾਨਵਰ, ਆਪਣੇ ਘਰ ਦੀ ਵੱਛੀ ਉਹਨਾਂ ਦੀ ਜਨਾਬ ਦਹਾਨੇ ਆ ਦੋਸਤਾਂ ਵੀਰਾਂ ਨੂੰ। ਅਸੀਂ ਵੀ ਜਨਾਬ ਗਾਂ ਦੇ ਮਗਰ ਮਗਰ ਹਾਂ ਅਤੇ ਗਾਂ ਸਾਡੇ ਅੱਗੇ ਅੱਗੇ
ਤੇ ਨਖਰਾ ਰੱਖ ਦਈਏ ਤੇ ਆਂਦੀ ਜਨਾਬ ਕੈਮਰੇ 'ਚ ਨਹੀਂ ਆਉਣਾ। ਮਾਸ਼ਾਅੱਲਾ ਇਹ ਜਨਾਬ ਆਰਡਰ ਕੁਆਲਿਟੀ ਦੋਸਤ ਵੀਰ ਚੈੱਕ ਕਰਨ, ਮਾਸ਼ਾਅੱਲਾ ਥੱਬਿਆਂ ਦਾ ਆਰਡਰ ਕੁਆਲਿਟੀ। ਇਹਨੂੰ ਰੱਸਾ ਪਾਓ, ਇਹਨੂੰ ਨਾ ਆਪਾਂ ਥਣ ਪਾਸ ਕਰਾਉਣੇ ਨੇ, ਜੇਰ ਜਦੋਂ ਪਾ ਲੈਗੀ ਬਾਅਦ 'ਚ ਚੁਆਈ ਕਰ ਲਿਆ ਜੇ, ਆਪਾਂ ਹੁਣ ਥਣ ਪਾਸ ਕਰਾਏ ਨੇ, ਇਹਨੂੰ ਰੱਸਾ ਪਾਓ ਨਾ, ਆਰਡਰ ਕੁਆਲਿਟੀ ਦੋਸਤਾਂ ਦਿਖਾਈਏ। ਮਾਸ਼ਾਅੱਲਾ ਔਰ ਜਿਹੜਾ ਥਣ ਅੱਲਾਹ ਤਾਲਾ ਨੇ ਲਾਇਆ ਪਹਿਲਣਾ ਨੂੰ ਜਨਾਬ, ਏਡਾ ਏਡਾ ਥਣ, ਏਡਾ ਲਾਟੂ ਵਾਲਾ ਥਣ, ਮਾਝਾ ਥਣ ਅਤੇ ਚੋਲਸਤਾਨੀ ਦੀ ਪਹਿਚਾਣ ਵਾਲਾ ਥਣ, ਇਹ ਕਿਸੇ ਕਿਸੇ ਜਾਨਵਰ ਨੂੰ ਲੱਗਦਾ। ਪਾ ਲਓ ਰੱਸਾ, ਪਾ ਲਓ, ਪਾਓ ਰੱਸਾ। ਮਾਸ਼ਾਅੱਲਾ ਇਹ ਜਨਾਬ ਆਰਡਰ ਕੁਆਲਿਟੀ ਦੋਸਤ ਵੀ, ਮਾਸ਼ਾਅੱਲਾ ਥੱਬੇ ਦਾ ਆਰਡਰ ਕੁਆਲਿਟੀ, ਮਾਸ਼ਾਅੱਲਾ ਵੈੜੀ ਕੋਲ ਲੈ ਕੇ ਤੁਰਿਆ ਨਹੀਂ ਜਾ ਰਿਹਾ। ਦੋਸਤ ਵੀਰ ਕਹਿ ਰਿਹਾ ਸੀ ਜਨਾਬ ਜੇ ਸੂਈਏ ਤੇ ਮੈਨੂੰ ਫੋਨ ਆ ਗਿਆ ਸੀ। ਕੋਈ ਗੱਲ ਨਹੀਂ, ਤੰਗ ਨਹੀਂ ਕਰਨਾ, ਤੰਗ ਨਹੀਂ ਕਰਨਾ ਵੈੜੀ ਨੂੰ, ਠੱਲ ਹੈ ਵੈਸੇ, ਛੱਡੀ ਨਾ, ਤੰਗ ਨਹੀਂ ਕਰਨਾ। ਮਾਸ਼ਾਅੱਲਾ ਦੋਸਤ ਵੀਰ ਜਨਾਬ ਆਰਡਰ ਕੁਆਲਿਟੀ ਵੇਖਦੇ ਪਏ ਨੇ, ਥੱਬਿਆਂ ਦਾ ਆਰਡਰ ਕੁਆਲਿਟੀ, ਮਾਸ਼ਾਅੱਲਾ ਚੰਗਾ ਟੋਲ ਬੰਨਿਆ ਹੋਇਆ ਅੱਲਾ ਦੇ ਫਜ਼ਲ ਦੇ ਨਾਲ, ਮਾਸ਼ਾਅੱਲਾ। ਔਰ ਪਹਿਲਾਂ ਨੂੰ ਐਡੇ ਐਡੇ ਹਵਾਨੇ, ਐਡੇ ਐਡੇ ਲਿਬਾਸ ਹਵਾਨੇ, ਨਹੀਂ ਵੇਖੇ ਕਦੇ ਅਤੇ ਨਾ ਦੋਸਤ ਵੀਰ ਵੇਖਣਗੇ, ਮਾਸ਼ਾਅੱਲਾ। ਔਰ ਜਿਹੜਾ ਥਣ ਹੈ, ਥਣ ਬੜਾ ਪਾਵਰ ਵਾਲਾ, ਇੱਧਰ ਵੇਖਣ ਮਾਸ਼ਾਅੱਲਾ। ਔਰ ਪੂਰੀਆਂ ਵਿਰਲਾਂ 'ਤੇ ਪੂਰੀ ਸ਼ੌਕੀਨ ਵੈੜੀ, ਮੁੱਠ ਮੁੱਠ ਦਾ ਅਤੇ ਸੋਹਣਾ ਚੋਲਸਤਾਨੀ ਵਾਲਾ ਲਾਟੂ ਵਾਲਾ ਮਾਝਾ ਥਣ, ਮਾਸ਼ਾਅੱਲਾ। ਅੱਲਾ ਤਾਲਾ ਇਸ ਵੈੜੀ ਨੂੰ ਨਜ਼ਰੇ ਬਾਤੋਂ ਬਚਾਏ, ਚੋਲਸਤਾਨੀ ਧੁੰਦ ਵੀ ਨਜ਼ਰ ਆ ਰਿਹਾ ਹੈ, ਮਾਸ਼ਾਅੱਲਾ। ਔਰ ਥੱਬੇ ਦਾ ਆਵਾਨਾ, ਥੱਬੇ ਦਾ ਆਰਡਰ ਕੁਆਲਿਟੀ, ਇਨਟੋਰ, ਮਾਸ਼ਾਅੱਲਾ। ਇਹ ਵੇਖਣ ਦੋਸਤ ਵੀਰ, ਇਹਨੂੰ ਕਹਿੰਦੇ ਨੇ ਜਨਾਬ ਪੰਡਾਂ ਦੇ ਆਵਾਨੇ, ਮਸ਼ਕਾਂ ਲਈ ਫਿਰਦੀ ਚਾਰ ਮਸ਼ਕਾਂ, ਚਾਰ ਮਸ਼ਕਾਂ ਅੱਲਾ ਦੇ ਫਜ਼ਲ ਨਾਲ, ਮਾਸ਼ਾਅੱਲਾ। ਕਿਆ ਬਾਤ ਹੈ ਜਨਾਬ, ਲੈ ਆਓ ਵਾਪਸ, ਲੈ ਆਓ ਜੀ ਵਾਪਸ, ਲੈ ਆਓ। ਇਹ ਜਨਾਬ ਵੱਛਾ ਹੈ, ਵੱਛਾ ਵੇਖ ਲੈਣ ਜਨਾਬ ਦੋਸਤ ਵੀਰ, ਕੱਚੇ ਨਾੜੂਆ ਦੇ ਵਿੱਚ, ਕੱਚਾ ਨਾੜੂਆ, ਨਾੜੂਆ ਵੀ ਨਜ਼ਰ ਆਉਂਦਾ ਪਿਆ। ਪਹਿਲਣ ਵੈੜੀ ਪਹਿਲਾ ਸੂਆ ਅਤੇ ਜਨਾਬ ਪਿੱਛੇ ਦਿੱਤਾ ਵੱਛਾ, ਵੱਛਾ ਚੋਲਸਤਾਨੀ ਕ੍ਰਾਸ ਦੇ ਵਿੱਚ ਬੜਾ ਚੰਗਾ ਬੁੱਲ ਬਣਨ ਵਾਲਾ, ਕਿਉਂਕਿ ਜੰਮਦਾ ਹੀ ਦੱਸਦਾ ਪਿਆ ਕਿ ਮੈਂ ਕੀ ਸ਼ੈ ਹਾਂ, ਕੀ ਸ਼ੈ ਬਣਾਂਗਾ। ਅਤੇ ਬਾਕੀ ਜਨਾਬ ਗਾਏ ਸਿਰੋ ਜੈਨ ਮੈਨ ਕੋਨੀ ਬੋਧੀ ਮੱਥੇ 'ਤੇ, ਮਾਸ਼ਾਅੱਲਾ। ਅੱਜ ਵੀ ਮੱਥਾ ਦੋਸਤਾਂ ਦੇ ਸਾਹਮਣੇ, ਫੇਸ ਕੁਆਲਿਟੀ ਔਰ ਮੱਥਾ ਚਮਕ ਰਿਹਾ, ਮਾਸ਼ਾਅੱਲਾ। ਇਹ ਹੁੰਦੀਆਂ ਨੇ ਵੈੜੀ ਦੇ ਵਿੱਚ ਖੂਬਸੂਰਤੀਆਂ, ਬਰੀਕੀਆਂ, ਔਰ ਜਿਹੜੀ ਚਮਕ ਹੈ ਉਹ ਪਹਿਲਣ ਵਾਲੀ ਚਮਕ ਦੋਸਤਾਂ ਨੂੰ ਨਜ਼ਰ ਆ ਰਹੀ ਹੈ, ਮਾਸ਼ਾਅੱਲਾ। ਥਣ ਪਾਸ ਕਰਾਉਣੇ ਨੇ ਅਤੇ ਇਸ ਵਾਸਤੇ ਜਨਾਬ ਮੋਹਰੀ ਪਾਈਏ ਵੈੜੀ ਨੂੰ ਕਿ ਥਣ ਪਾਸ ਕਰਾਵਾਂਗੇ, ਦੋਸਤਾਂ ਵੀਰਾਂ ਨੂੰ ਤਸੱਲੀਆਂ ਕਰਵਾਵਾਂਗੇ ਇੱਕ ਇੱਕ ਚੀਜ਼ ਦੀਆਂ। ਵੈੜੀ ਦਾ ਜਨਾਬ ਜਿਹੜਾ ਅੱਜ ਮੁੱਲ ਹੋਏਗਾ, ਮੁੱਲ ਬੜਾ ਜਾਇਜ਼ ਮੁਨਾਸਬ ਹੋਏਗਾ। ਦੋਸਤਾਂ ਵੀਰਾਂ ਨੂੰ ਜਨਾਬ ਲੱਖਾਂ ਰੁਪਈਆ ਲਾਉਣ ਦੀ ਲੋੜ ਕੋਈ ਨਹੀਂ, ਮੇਰੇ ਐਨੀਮਲ ਟੀਵੀ ਤੋਂ ਹਜ਼ਾਰਾਂ ਦਾ ਜਾਨਵਰ ਖਰੀਦੋ ਅਤੇ ਲੱਖਾਂ ਵਾਲੇ ਦੇ ਸਿਰ 'ਚ ਮਾਰੇਗਾ, ਲੱਖਾਂ ਰੁਪਈਆ ਲਾਉਣ ਦੀ ਕੋਈ ਲੋੜ ਨਹੀਂ। ਹਜ਼ਾਰਾਂ ਦਾ ਜਾਨਵਰ ਮੇਰੇ ਐਨੀਮਲ ਟੀਵੀ ਤੋਂ ਖਰੀਦੋ ਅਤੇ ਇਹਨਾਂ ਦੇ ਫਜ਼ਲ ਦੇ ਨਾਲ ਜਿਸ ਤਰ੍ਹਾਂ ਵੈੜੀ ਦੇ ਕੋਲ ਖੂਬਸੂਰਤੀਆਂ ਨੇ, ਜਿਸ ਘਰ 'ਚ ਬੱਧੀ ਹੋਵੇਗੀ ਉਸ ਘਰ ਦੀ ਸ਼ਾਨ ਬਣੇਗੀ ਅਤੇ ਜਿਸ ਰਾਹ ਤੋਂ ਲੰਘੇਗੀ ਉਹ ਰਾਹ ਵੀ ਸੋਹਣਾ ਲੱਗੇਗਾ। ਅੱਜ ਗੱਲਾਂ ਇਸ ਗਾਏ 'ਤੇ ਫਿੱਟ ਹੁੰਦੀਆਂ ਨੇ, ਮਾਸ਼ਾਅੱਲਾ। ਤਸੱਲੀਆਂ ਹਰ ਪਾਸੋਂ ਹਰ ਲਿਹਾਜ਼ ਨਾਲ ਕਰਵਾਉਂਦੇ ਪਏ ਹਾਂ ਅੱਲਾ ਦੇ ਫਜ਼ਲ ਨਾਲ। ਅਤੇ ਬਾਕੀ ਜਨਾਬ ਇਹ ਦੇਖ ਲੈਣ ਦੋਸਤ ਵੀਰ, ਜੇਰ ਦਾ ਪੱਲੂ ਬਾਹਰ ਕੱਢ ਲਿਆ, ਦੋਸਤ ਨੂੰ ਕਿਹਾ ਜਨਾਬ ਕਿ ਸਾਰੀ ਚੁਆਈ ਕਰਾ ਸਕਦੇ ਹਾਂ, ਉਹਨੇ ਕਿਹਾ ਭਾਈ ਜਾਨ ਸਾਰੀ ਚੁਆਈ ਨਹੀਂ ਹੋਵੇਗੀ ਕਿਉਂਕਿ ਜੇਰ ਪਾਣੀ ਹੈ, ਜੇਰ ਜਦੋਂ ਪਾ ਲਈ ਜਾਨਵਰ ਨੇ ਬਾਅਦ 'ਚ ਚੋਵਾਂਗੇ ਅਤੇ ਜਿੰਨੀਆਂ ਮਰਜ਼ੀ ਚੁਆਈਆਂ ਕਰ ਲਈ, ਇੱਕ ਵਾਰੀ ਜਨਾਬ ਜੇਰ ਵਾਸਤੇ
ਦੁੱਧ ਠੱਲਣਾ ਪੈਣਾ, ਜੇਰ ਪੈ ਜਾਏਗੀ ਆਸਾਨੀ ਨਾਲ। ਬਾਕੀ ਮੈਂ ਕਿਹਾ ਥਣ ਪਾਸ ਕਰਾ ਦਿੰਦੇ ਹਾਂ ਅਤੇ ਥਣ ਪਾਸ ਕਰਾਵਾਂਗੇ ਦੋਸਤਾਂ ਵੀਰਾਂ ਨੂੰ। ਜਨਾਬ ਦੋਸਤ ਵੀਰ ਪਹਿਲਣ ਵਹਿੜੀ ਅਤੇ ਮਾਸ਼ਾਲਾ ਪਹਿਲੀਆਂ ਧਾਰਾਂ, ਪਹਿਲੇ ਸੁੱਚੇ ਮੋਤੀ ਮਾਸ਼ਾਲਾ ਨਜ਼ਰ ਆਉਣਗੇ। ਪਹਿਲਾਂ ਨਾੜਾ ਕੱਢਣ ਲੱਗੇ ਹਾਂ ਅਤੇ ਥਣ ਪਾਸ ਕਰਾਉਣੇ ਨੇ। ਅਗਰ ਵਹਿੜੀ ਨੇ ਜੇਰ ਪਾ ਲਈ ਹੁੰਦੀ ਤਾਂ ਸਾਰੀ ਚੁਆਈ ਕਰਾਉਂਦੇ ਅਤੇ ਜੋ ਅੱਲਾਹ ਤਾਲਾ ਨੇ ਭਾਗ ਨਸੀਬ ਵਹਿੜੀ ਨੂੰ ਲਾ ਦਿੱਤੇ ਨੇ, ਲੱਗੇ ਹੋਏ ਨੇ, ਨਜ਼ਰ ਆ ਰਹੇ ਨੇ ਦੋਸਤਾਂ ਵੀਰਾਂ ਨੂੰ, ਔਰ ਜੋ ਦੋਸਤਾਂ ਵੀਰਾਂ ਨੂੰ ਅੱਲਾਹ ਦੇ ਘਰ 'ਚ ਉਮੀਦ ਹੈ ਉਹ ਸਾਨੂੰ ਉਮੀਦ ਹੈ। ਅਤੇ ਵਹਿੜੀ ਮੇਰੇ ਜ਼ਿਹਨ ਦੇ ਮੁਤਾਬਕ 10 ਕਿਲੋ ਬੋੜਾ ਕੱਢਦੀ। ਕਿਉਂ ਜੀ, ਕਿੰਨਾ ਕੱਢਦੀ ਬੋੜਾ? ਬੱਚਾ ਪਿੱਛੇ ਕਰੀ, ਇੱਕ ਇੱਕ ਥਣ ਦੀ ਧਾਰ ਮਾਰ ਕੇ ਚੈੱਕ ਕਰਾ ਤਸੱਲੀ ਨਾਲ। ਬਿਸਮਿਲਾ ਬਿਸਮਿਲਾ ਜੀ ਬਿਸਮਿਲਾ। ਸੋਹਣਾ, ਬੜਾ ਮੋਟਾ ਚੁਆ, ਨਜ਼ਾਰਾ ਆ ਗਿਆ, ਨਜ਼ਾਰਾ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਔਰ ਪਹਿਲਣ ਹੋ ਕੇ ਇਤਨੀ ਅਸੀਲ, ਇਹ ਵੇਖੀ ਨਾ ਬਾਲਟੀ ਦੇ ਨਾਲ, ਹਾਂਜੀ, ਔਰ ਚੀਂਡ ਲੱਗੀ ਪਈ, ਇਹ ਬਾਲਟੀ ਦੇ ਨਾਲ ਚੀਂਡ ਲੱਗੀ ਪਈ। ਇਹ ਪਹਿਲਣ ਦੀ ਨਿਸ਼ਾਨੀਆਂ ਸਾਹਮਣੇ ਆ ਗਈਆਂ ਨੇ ਕਿ ਜਨਾਬ ਗੂੰਦਰਾਂ ਨਿਕਲਦੀਆਂ ਪਈਆਂ ਨੇ, ਗੂੰਦਰਾਂ ਅਲਫੀਆਂ ਨਿਕਲਦੀਆਂ ਪਈਆਂ ਨੇ ਥਣਾਂ ਦੇ ਵਿੱਚੋਂ। ਅਲਫੀਆਂ ਇਹ ਹੁੰਦੀ ਹੈ ਜਨਾਬ ਪਹਿਲਾ ਬੋਲਾ, ਪਹਿਲੀਆਂ ਧਾਰਾਂ ਸੋਹਣੀਆਂ ਸੁੱਚੀਆਂ ਅਤੇ ਖਰੀਆਂ। ਕਿਉਂ ਦੋਸਤੋ, ਦਿਖਾਓ ਫਿਰ ਨਜ਼ਾਰੇ ਆ ਰਹੇ ਨੇ ਨਾ। ਇਹ ਜੇ ਮੇਰਾ ਐਨੀਮਲ ਟੀਵੀ ਦਾ ਕੰਮ, ਮੇਰਾ ਐਨੀਮਲ ਟੀਵੀ ਅੱਲਾਹ ਦੇ ਫਜ਼ਲ ਦੇ ਨਾਲ ਇਸ ਤਰ੍ਹਾਂ ਕੰਮ ਕਰਦਾ, ਗੱਲਾਂ ਨਹੀਂ ਕਰਦਾ। ਹਾਂਜੀ, ਦਿਲ ਰਾਜ਼ੀ ਹੋ ਗਿਆ ਭਾਈਜਾਨ ਚੁਆਈ ਵੇਖ ਕੇ। ਦੂਸਰੇ ਦੋ ਥਣਾਂ ਦੀ ਕਰੋ, ਅਗਰ ਚੁਆਈ ਕਰੀਏ ਤਾਂ ਦੋ ਬਾਲਟੇ ਭਰ ਲਓ ਅਤੇ ਚੱਕ ਕੇ ਸਾਈਡ 'ਤੇ ਹੋ ਜਾਓ, ਕਿਉਂਕਿ ਅੱਲਾਹ ਤਾਲਾ ਨੇ ਵਹਿੜੀ ਨੂੰ ਭਾਗ ਨਸੀਬ ਬੜੇ ਚੰਗੇ ਲਾਏ ਨੇ ਅਤੇ ਇਹਨਾਂ ਨਸੀਬ ਅਤੇ ਸਾਡਾ ਨਸੀਬ ਅੱਲਾਹ ਤਾਲਾ ਨੂੰ ਪਤਾ ਜਨਾਬ। ਅਤੇ ਬਾਕੀ ਜਿਹੜਾ ਲੈ ਜਾਵੇ ਇਹਦੀ ਹਿਫਾਜ਼ਤ ਕਰੇ, ਅੱਲਾਹ ਤਾਲਾ ਇਹਦੇ ਸਾਹ ਲੰਬੇ ਕਰੇ। ਅਤੇ ਵਹਿੜੀ ਸ਼ੌਕੀਨ ਸੋਹਣਾ ਜਨਾਬ, ਬੜੀਆਂ ਸੋਹਣੀਆਂ ਧਾਰਾਂ, ਕਿਉਂ ਭਾਈ ਸੁੱਚੀਆਂ ਯਾਰ, ਯਾਰ ਦਿਲ ਰਾਜ਼ੀ ਹੋ ਗਿਆ ਯਾਰ, ਮਾਸ਼ਾਅੱਲਾ। ਹੈਂ ਚਾਚਾ, ਕਿਆ ਬਾਤ ਹੈ, ਇਤਨੀ ਅਸੀਲ ਸ਼ਰਾਬ ਪਹਿਲਣ ਹੋ ਕੇ, ਕਿਆ ਬਾਤ ਹੈ, ਸੁਭਾਨ ਅੱਲਾ। ਪਹਿਲਣਾ ਇੰਨੀਆਂ ਅਸੀਲ ਨਹੀਂ ਹੁੰਦੀਆਂ ਜਿੰਨੀ ਇਹ ਪਹਿਲਣ ਅਸੀਲ ਨਿਕਲੀ, ਕਿਉਂਕਿ ਨਸਲਾਂ 'ਤੇ ਗੱਲ ਮੁੱਕਦੀ ਹੈ ਅਤੇ ਨਸਲ ਬਹੁਤ ਚੰਗੀ ਹੈ। ਲੈ ਬਾਈ ਬੱਸ ਕਰ, ਭਵੇਂ ਨੋ ਟੈਨਸ਼ਨ, ਬੱਸ ਕਰ। ਇਹ ਜਨਾਬ ਵੇਖ ਲਓ, 2 ਕਿਲੋ ਬੋਲਾ ਕੱਢ ਦਿੱਤਾ, ਲੇਕਿਨ ਪੂਰੀ ਚੁਆਈ ਨਹੀਂ ਕਰਨੀ, ਕਿਉਂਕਿ ਜੇਰ ਪਾਣੀ ਹੈ, ਜੇਰ ਮੁਕੰਮਲ ਡਿਲੀਵਰੀ, ਸੋਰੀ, ਜਦੋਂ ਜੇਰ ਪਾ ਲੈਗੀ ਮੁਕੰਮਲ ਚੁਆਈ ਉਸ ਟਾਈਮ ਕਰਨੀ ਹੈ, ਮਾਸ਼ਾਅੱਲਾ। ਬਾਕੀ ਵਹਿੜੀ ਦੀ ਤਸੱਲੀ ਹਰ ਲਿਹਾਜ਼ ਨਾਲ ਸੋਨੇ ਰੰਗੀ, ਸੁੱਚੀ ਅਤੇ ਖਰੀ। ਬਾਕੀ ਹੁਣ ਜਨਾਬ ਕਰਨੇ ਆ ਛੋਟੇ ਵੀਰ ਨਾਲ ਗੱਲਾਂ। ਅਸਲਾਮ ਅਲੈਕੁਮ। ਵਾਲੇਕੁਮ, ਕੀ ਹਾਲ ਹੈ ਭਾਈ ਜਾਨ? ਠੀਕ ਠਾਕ, ਕੀ ਨਾਮ ਹੈ ਭਰਾ ਦਾ? ਅਲੀ ਅਹਿਮਦ। ਅਲੀ ਅਹਿਮਦ ਭਾਈ, ਇਹ ਦੱਸ ਵਹਿੜੀ ਤੇਰੇ ਘਰ ਦੀ? ਘਰ ਦੀ ਮਾਲ ਦੇ ਵਿੱਚ ਚੜਦੀ, ਘਰ ਦੀ। ਪੱਕੀ ਗੱਲ ਹੈ? ਪੱਕੀ। ਘਰ ਦੀ ਹੈ? ਘਰ ਦੀ। ਪਹਿਲਣ ਹੈ? ਪਹਿਲਣ ਗਰੰਟੀ ਨਾਲ ਪਹਿਲਣ। ਮੂੰਹ ਚੋਗੀ ਤੋਂ ਬਾਅਦ ਛਿੱਕਦੇ ਦੰਦ ਪੂਰੇ ਕਰਦੀ ਪਈ? ਛਿੱਕਦੇ ਦੰਦ ਪੂਰੇ ਕਰਦੀ ਪਈ? ਕੀਤੇ ਨਹੀਂ। ਦਿਖਾ ਸਕਦੇ ਹਾਂ? ਦਿਖਾ ਮੇਰਾ ਭਰਾ, ਕਿਉਂਕਿ ਮੇਰਾ ਐਨੀਮਲ ਟੀਵੀ 'ਤੇ ਤਸੱਲੀਆਂ ਹੁੰਦੀਆਂ ਨੇ ਅਤੇ ਤਸੱਲੀਆਂ ਕਰਵਾਈ ਦੀਆਂ ਨੇ, ਕਰਵਾਉਂਦੇ ਰਹਾਂਗੇ। ਵੇਖੋ, ਕੰਨੀ ਵਾਲੇ ਛੋਟੇ ਖੜੇ। ਹਾਂ, ਕੰਨੀ ਵਾਲੇ ਛੋਟੇ ਖੜੇ ਨੇ, ਇਹ ਸੈਂਟਰ 'ਚ ਵੀ ਬੋਲ ਚੱਕ, ਇੱਥੋਂ ਇਹ ਸੋਹਣੇ ਚਾਰ ਦੰਦ ਤਾਂ ਅਜੇ ਪੂਰੇ ਕਰ ਲਏ ਨੇ, ਲੇਕਿਨ ਸਾਈਡਾਂ ਵਾਲੇ ਅਜੇ ਕੱਢਦੀ ਪੀ। ਸੋਹਣੇ ਗੁੱਡ ਯਾਰ, ਜਿਹੜੀ ਗੱਲ ਕੀਤੀ ਤੂੰ ਦਿਲ ਰਾਜ਼ੀ ਕਰ ਦਿੱਤੇ, ਸੁੱਚੀ ਤੇ ਖਰੀ ਗੱਲ ਕੀਤੀ ਹੈ, ਇਨਸ਼ਾਅੱਲਾ ਸੁੱਚੀ। ਬੜੀ ਮਿਹਰਬਾਨੀ ਜਨਾਬ, ਕਿਉਂਕਿ ਮੇਰਾ ਐਨੀਮਲ ਟੀਵੀ 'ਤੇ ਅੱਲਾਹ ਦੇ ਫਜ਼ਲ ਦੇ ਨਾਲ ਗੱਲਾਂ ਵੀ ਸੱਚੀਆਂ ਅਤੇ ਖਰੀਆਂ, ਅਤੇ ਜਾਨਵਰ ਵੀ ਸੁੱਚਾ ਹੀ ਹੁੰਦਾ। ਅੱਛਾ,
ਤੇ ਮੇਰਾ ਭਰਾ ਇਹ ਦੱਸ ਪਹਿਲਾਂ ਹੀ ਬਹਾਤੇ ਨੇ ਮਈਆਂ ਵਾਲੀ ਗੱਲ ਹੀ ਗਾਈਆਂ ਗੱਲ ਨਹੀਂ ਹੁੰਦੀ ਗਾਈ ਵਾਲੀ ਗੱਲ ਨਹੀਂ ਹੈ ਮਾਸ਼ਾਅੱਲਾ ਚਵਾਦ ਚਾਚਾ ਬੜਾ ਹੀ ਪਿਆਰਾ ਕਰਾਇਆ ਇਹਦੇ ਚ ਕੋਈ ਸ਼ੱਕ ਨਹੀਂ ਚਾਚਾ ਕੋਈ ਸ਼ੱਕ ਨਹੀਂ ਦੋਸਤੋ ਆਹ ਨਜ਼ਾਰਾ ਆ ਗਿਆ ਦਿਲ ਰਾਜ਼ੀ ਹੋ ਗਿਆ ਵਾਕਈ ਯਾਰ ਭਾਈ ਅਲੀ ਅਹਿਮਦ ਇਹਨੂੰ ਕੋਈ ਬਿਮਾਰੀ ਕੋਈ ਮਸਲਾ ਮਸੈਲ ਹਰ ਚੀਜ਼ ਤੇ ਆਪਣੀ ਗਰੰਟੀ ਹੋਵੇਗੀ ਤੇਰੀ ਗਰੰਟੀ ਅਗਾਂਹ ਜਾ ਤੇ ਵੀ ਗਰੰਟੀ ਵੈੜੀ ਦੁੱਧ ਕਿੰਨਾ ਕਰੇ ਗੱਲਾਂ ਦੇ ਘਰ ਚ ਕਿੰਨਾ ਮੀਂਹ ਦੇ ਵੀ ਹੈ ਪਹਿਲਣ ਹੋ ਕੇ ਵੈੜੀ ਦੁੱਧ ਕਿੰਨਾ ਕਰੇਗੀ ਭਾਈ ਅਫਸਰ ਕੂੜ ਮਾਰੀ ਰੱਖੀ ਹੈ 16-17 ਕਿਲੋ ਆਮ ਰੂਟੀਨ ਤੇ ਦਿੰਦੀ ਰਹੇਗੀ ਮਤਲਬ 16-17 ਕਿਲੋ ਆਰਾਮ ਨਾਲ ਦੇਗੀ 15 ਤੋਂ ਟੱਪੇਗੀ 15 ਤੋਂ ਟੱਪੇਗੀ ਅੱਜ ਹੀ ਆ ਚਾਚਾ ਜੀ ਆ ਚਾਚਾ ਦਿਲ ਰਾਜ਼ੀ ਕਰਦੇ ਬਾਕੀ ਗਰੰਟੀ ਹਰ ਲਿਹਾਜ਼ ਨਾਲ ਅਲੀ ਅਹਿਮਦ ਬਾਈ ਇਹਦਾ ਮੁਹੱਬਤ ਵਾਲਾ ਮੁੱਲ ਦੱਸ ਦੇ ਬਸ ਮੁਨਾਸਬ ਜਿਹਾ ਕਰੀ ਦੋ ਲੱਖ ਦਸ ਦੇ ਵਿੱਚੋਂ ਪਿਆਰ ਮੁਹੱਬਤ ਥੋੜਾ ਮੋਟਾ ਹੋਵੇਗਾ ਹੋਏਗਾ ਜ਼ਰੂਰ ਹੋਏਗਾ ਇਨਸ਼ਾਅੱਲਾ ਚਲੋ ਬੜੀ ਮਿਹਰਬਾਨੀ ਲੋ ਜੀ ਦੋਸਤੋ 2 ਲੱਖ ਤੇ 10,000 ਰੁਪਇਆ ਵੈੜੀ ਦਾ ਮੁੱਲ ਏ ਵੈੜੀ ਦਾ ਮੁੱਲ ਨਹੀਂ ਨਾ ਹੀ ਨਸਲ ਜ਼ਾਤ ਦਾ ਮੁੱਲ ਏ ਲੈਣਾ ਤੇ ਸਿਰਫ ਔਰ ਸਿਰਫ ਜਨਾਬ ਤਾਜ਼ਾ ਸੂਈ ਦਾ ਮੁੱਲ ਲੈਣਾ ਅਗਰ ਵੈੜੀ ਜਨਾਬ ਜਦੋਂ ਦੁੱਧ ਤੇ ਆਵੇਗੀ ਜੇ ਦੁੱਧ ਵੱਲੇ ਵੇਖਾਂਗੇ ਤੇ ਫਿਰ ਵੈੜੀ ਦਾ ਮੁੱਲ ਹੋਰ ਹੋਵੇਗਾ ਔਰ ਬਾਕੀ ਦੋਸਤਾਂ ਮੇਰਾਂ ਨੂੰ ਢੇਰ ਚੰਗੀ ਤਰ੍ਹਾਂ ਪਤਾ ਹੈ ਇਹ ਹੀ ਵੈੜੀ ਕਿਸੇ ਹੋਰ ਚੈਨਲ 'ਤੇ ਆਉਂਦੀ ਕਿਸੇ ਹੋਰ ਬੰਦੇ ਨੇ ਵੀਡੀਓ 'ਤੇ ਲਾਈ ਹੁੰਦੀ ਅਤੇ ਇਹਦਾ ਮੁੱਲ ਹੋਣਾ ਸੀ 2.5 ਲੱਖ ਹਾਂਜੀ ਚਾਚਾ ਮੁੱਲ ਹੋਣਾ ਸੀ 2.5 ਲੱਖ ਲੇਕਿਨ ਮੇਰਾ ਐਨੀਮਲ ਟੀਵੀ ਸੌਦੇ ਸਸਤੇ ਵੇਚਦਾ ਸੁੱਚੇ ਅਤੇ ਖਰੇ ਵੇਚਦਾ ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਾਂ ਜਨਾਬ 2 ਲੱਖ ਅਤੇ 10 ਦੇ ਵਿੱਚ ਮੁਹੱਬਤ ਪਿਆਰ ਜ਼ਰੂਰ ਹੋਏਗਾ ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਮੰਗਾਂ ਖੋਲ ਦਿਓ ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਾਂ ਜਨਾਬ ਫਿਰ ਮਿਲਾਂਗੇ ਇੱਕ ਅੱਛੀ ਵੀਡੀਓ ਅੱਛੀ ਗਾਇਕ ਦੇ ਨਾਲ ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ ਪਾਕਿਸਤਾਨ ਜ਼ਿੰਦਾਬਾਦ